ਲੇਕਿਨ ਸਭ ਤੋਂ ਪਹਿਲੇ ਤੁਹਾਨੂੰ ਜਨਾਬ ਇਹ ਤੁਹਾਡਾ ਪੋਸਟਰ ਜਿਹੜਾ ਕਿ ਲੋਕਾਂ ਨੇ ਬਹੁਤ ਸਾਰਾ ਦੇਖਿਆ ਇਹ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ। ਥੈਂਕ ਯੂ ਜਨਾਬ, ਥੈਂਕ ਯੂ। ਬਹੁਤ ਪਿਆਰਾ ਹੈ, ਬਹੁਤ ਪਿਆਰਾ, ਵੈਰੀ ਗੁੱਡ। ਅਸੀਂ ਇਹ ਆਪਣਾ ਨਵਾਂ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਹੈ ਜੀ, ਜਿਹੜੀ ਮਾਈਗ੍ਰੈਂਟ ਕਮਿਊਨਿਟੀ ਹੈ, ਆਈ ਐਮ ਐਨ ਇਮੀਗ੍ਰੈਂਟ, ਐਸੇ ਲੋਕ ਜਿਨ੍ਹਾਂ ਦੇ ਮੱਥੇ ਤੇ ਲਿਖਿਆ ਹੁੰਦਾ ਹੈ ਕਿ ਆਈ ਐਮ ਐਨ ਇਮੀਗ੍ਰੈਂਟ। ਵੈਸੇ ਮਜ਼ੇ ਦੀ ਗੱਲ, ਮੈਂ ਵੀ ਇਹ ਪੋਸਟਰ ਤੁਹਾਡੇ ਮੱਥੇ ਦੇ ਉੱਤੇ ਲਿਖਿਆ ਹੈ ਠੀਕ ਹੈ, ਕਿ ਲੋਕ ਸਾਨੂੰ ਲੋਕਾਂ ਨੂੰ ਸਾਡੇ ਕਲਰ ਤੋਂ ਪਹਿਚਾਣ ਲੈਂਦੇ ਨੇ। ਬਿਲਕੁਲ, ਸਾਨੂੰ ਛਪਾਉਣਾ ਚਾਹੀਦੀ ਨਹੀਂ ਹੈ, ਖੁੱਲ੍ਹ ਕੇ ਕਹੋ ਅਸੀਂ ਠੀਕ। ਅਸੀਂ ਬੱਸ 'ਚ ਬਹਿ ਵੀ ਦੋ ਕਾਲੇ ਹੁੰਦੇ ਨੇ, ਦੋ ਚਿੱਟੇ ਹੁੰਦੇ, ਵਿਚਕਾਰ ਅਸੀਂ ਉਹਨਾਂ ਦੂਰੋਂ ਸਾਨੂੰ ਸਿਆਣ ਲੈਂਦੇ ਨੇ ਕਿ ਇਮੀਗ੍ਰੈਂਟ ਹੀ ਨੇ। ਹਾਂਜੀ ਹਾਂਜੀ, ਹੈ ਨਾ, ਇਸੇ ਤਰ੍ਹਾਂ ਹੀ ਗੱਲ ਹੈ ਨਾ ਜੀ। ਬਿਲਕੁਲ ਠੀਕ ਹੈ। ਲੇਕਿਨ ਅਸੀਂ ਉਹ ਲੋਕ ਹਾਂ ਜਿਹੜੇ ਆਪਣੀ ਲਾਈਫ ਜ਼ੀਰੋ ਤੋਂ ਸਟਾਰਟ ਕਰਨੇ ਆ, ਵਿਦ ਅਨਲਿਮਿਟਿਡ ਬੈਰੀਅਰਸ, ਵਿਦ ਨੋ ਫੈਮਿਲੀ, ਨੋ ਫਰੈਂਡਸ। ਅਸੀਂ ਸਾਰੇ ਬੈਰੀਅਰਸ ਨੂੰ ਪਹਾੜ ਤਰੋੜ ਕੇ ਦੋਹਰਿਆਂ ਕਰਕੇ ਨਾ ਅੱਗੇ ਨਿਕਲ ਜਾਂਦੇ ਹਾਂ, ਬਹੁਤ ਦੂਰ ਚਲੇ ਜਾਂਦੇ ਹਾਂ। ਮਿਹਨਤ ਕਰਨੀ ਪੈਂਦੀ ਹੈ, ਕੁਰਬਾਨੀ ਦੇਣੀ ਪੈਂਦੀ ਹੈ। ਆਮ ਆਮ ਰੈਡੀ ਇਨਸਪਾਇਰ ਬਾਈ ਯੂਅਰ ਪਰਸਨਲ ਲਾਈਫ ਐਸ ਵੀ ਡਿਸਕਸ ਬਿਫੋਰ ਐਸ ਵੈਲ ਦ ਅਦਰ ਡੇ ਦੈਟ ਯੂ ਸਟਾਰਟਡ ਯੂਅਰ ਜਰਨੀ ਫਰਮ ਪਾਕਿਸਤਾਨ ਇਨ 1970 ਐਂਡ ਜੁਆਇਨ ਪੋਲੀਟਿਕਸ ਇਨ 2000 ਐਂਡ ਬਿਕਮ ਦ ਫਸਟ ਪਾਕਿਸਤਾਨੀ ਮੁਸਲਿਮ ਲਾਰਡ ਮੇਅਰ ਆਫ ਦ ਸਿਟੀ ਆਫ ਮਾਨਚੈਸਟਰ ਐਂਡ ਦੈਨ ਆਨਵਰਡ ਨੋ ਯੂ ਰਿਪ੍ਰੈਜੈਂਟਿੰਗ ਓਵਰ 500 million ਪੀਪਲ ਇਨ ਦ ਯੂਰੋਪੀਅਨ ਪਾਰਲੀਮੈਂਟ ਇਨ ਸਿਕਿਉਰਿਟੀ ਐਂਡ ਡਿਫੈਂਸ ਐਂਡ ਯੂ ਹੈਵ ਡਨ ਅ ਗ੍ਰੇਟ ਜੋਬ ਇਨ ਯੂਰ ਲਾਈਫ। ਬਸ ਜੀ, ਮੈਂ ਤਾਂ ਕਹਿੰਦਾ ਅੱਲਾਹ ਦਾ ਬੜਾ ਆਸਾਨ ਹੈ, ਇਸ ਕਾਬਲ ਮੈਂ ਨਹੀਂ ਹਾਂ, ਲੇਕਿਨ ਅੱਲਾਹ ਨੇ ਆਸਾਨ ਕੀਤਾ। ਵੈਸੇ ਮੈਂ ਐਡਾ ਸਾਦਾ ਪੋਲੀਟੀਸ਼ੀਅਨ ਇੱਥੇ ਆ ਕੇ ਵੇਖਿਆ ਜੀ। ਅੱਛਾ, ਚਲੋ, ਹੈ ਨਾ, ਸਾਦੇ ਵੀ ਹੈ ਤੁਹਾਡੇ ਨਾਲ ਦੇ।